ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕਮ ਜੀ। ਅਤੇ ਪਿਛਲੇ ਦਿਨੀ ਅਸੀਂ ਇੱਕ ਵੀਡੀਓ ਕੀਤੀ ਸੀ ਬਜ਼ੁਰਗ ਮਾਤਾ ਸੁਰਜੀਤ ਕੌਰ ਜੀ ਦੀ। ਉਹਨਾਂ ਦਾ ਪਿੰਡ ਪਿਛਲਾ ਸੀ ਲਿੱਦੋ ਕੇ ਮਹਿਮਦ, ਜਿਸ ਦਾ ਹੁਣ ਨਾਮ ਹੈ ਨਿੱਦੋ ਕੇ, ਤਹਿਸੀਲ ਨਾਰੋਵਾਲ, ਜ਼ਿਲ੍ਹਾ ਸਿਆਲਕੋਟ ਦੀ। ਅਤੇ ਮਾਤਾ ਜੀ ਨੇ ਦੱਸਿਆ ਕਿ ਉਹਨਾਂ ਦੀ ਬੜੀ ਵੱਡੀ ਹਵੇਲੀ ਸੀ ਪਿੰਡ ਦੇ ਚੜ੍ਹਦੇ ਪਾਸੇ, ਅਤੇ ਉਹਨਾਂ ਦਾ ਦਿਲ ਜਿਹੜਾ ਹੈ ਉਹ ਹਵੇਲੀ ਵੇਖਣ ਨੂੰ ਕਰਦਾ। ਅਤੇ ਬੜਾ ਉਹਨਾਂ ਨੇ ਤਰਲਾ ਮਾਰਿਆ ਕਿ ਸਾਨੂੰ ਇੱਕ ਵਾਰੀ ਉਹ ਫਿਰ ਹਵੇਲੀ ਵਿਖਾ ਦਿਓ। ਇਹ ਵੀਡੀਓ ਲੈਂਦੇ ਪੰਜਾਬ ਪਹੁੰਚੀ, ਚੈਨਲ ਹੈ ਮੀਡੀਆ ਟੋਪ, ਅਤੇ ਮੀਡੀਆ ਟੋਪ ਚੈਨਲ ਪਿੰਡ ਨਿੱਦੋ ਕੀ ਪਹੁੰਚਿਆ। ਅਤੇ ਮਾਤਾ ਸੁਰਜੀਤ ਕੌਰ ਜੀ ਨੂੰ ਮੁੜ 76 ਵਰ੍ਹਿਆਂ ਬਾਅਦ ਉਹ ਹਵੇਲੀ ਵਿਖਾਈ। ਇਹ ਵੀਡੀਓ ਜਿਉਂ ਹੀ ਯੂਟਿਊਬ 'ਤੇ ਨਸ਼ਰ ਹੋਈ, ਮਾਤਾ ਜੀ ਨੂੰ ਇਹ ਵੀਡੀਓ ਵਿਖਾਈ ਗਈ, ਮਾਤਾ ਜੀ ਮੁੜ 76 ਵਰ੍ਹਿਆਂ ਬਾਅਦ ਆਪਣੀ ਹਵੇਲੀ ਵੇਖ ਕੇ ਭਾਵੁਕ ਹੋ ਗਏ। ਅਸੀਂ ਆਪਣੀ ਹਵੇਲੀ ਵੇਖਣੀ ਹੈ। ਅੱਛਾ, ਸਾਨੂੰ ਹਵੇਲੀ ਵਿਖਾ ਦਿਓ। ਕੀ ਵੇਖਣਾ ਹਵੇਲੀ ਚ? ਹਵੇਲੀ ਚ ਜੋ ਕੁਝ ਵੀ ਹੋਏਗਾ, ਛੱਡ ਕੇ ਆਏ ਆ, ਉਹ ਕੁਝ ਵੇਖ ਲਾਂਗੇ। ਖੁਦ ਵੇਖਣਾ? ਠੀਕ ਹੈ, ਲਓ ਜੀ। ਲਾਲਦੀਨ ਵੀ ਬੈਠਾ ਵੇਖਣਾ ਮੰਜੇ ਤੇ। ਉਹ ਜੇ ਕਿੱਥੇ ਬੈਠਣਾ ਲਾਲਦੀਨ? ਉਹ ਮੰਜਾ ਵਿਖਾ ਲੈਣਗੇ ਜਿੱਥੇ ਬੈਠਾ ਸੀ। ਉਹ ਮੰਜਾ ਵਿਖਾ ਲੈਣਗੇ। ਮਾਤਾ ਜੀ ਸੁਰਜੀਤ ਕੌਰ ਸਾਹਿਬਾ, ਮੈਂ ਵਹਾਲ ਨਾ ਤੁਹਾਨੂੰ ਤੁਹਾਡੀ ਹਵੇਲੀ। ਇਹ ਆ ਗਈ ਤੁਹਾਡੀ ਹਵੇਲੀ। ਤੇ ਚਲੋ ਵੀਡੀਓ ਸ਼ੁਰੂ ਕਰਨੇ ਆ। ਪਿੰਡ ਨੱਦੋ ਕੀ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ, ਤੇ ਮਾਤਾ ਜੀ ਸੁਰਜੀਤ ਕੌਰ ਸਾਹਿਬਾ ਦੀ ਖੁਆਇਸ਼ ਤੇ ਉਹਨਾਂ ਨੂੰ ਉਹਨਾਂ ਦੀ ਹਵੇਲੀ ਵਹਾਲਨੇ ਆ, ਘਰ ਵਹਾਲਨੇ ਆ। ਇਹ ਖੂਹ ਮੈਂ ਹੁਣ ਤੁਹਾਨੂੰ ਦਿਖਾਉਣ ਲੱਗਾ ਵਾਂ ਕੈਮਰੇ ਦੀ ਅੱਖ ਦੇ ਨਾਲ। ਇਹ ਦੇਖੋ, ਇਹ ਹੁਣ ਦਰਖਤ ਇੰਨੇ ਪੁੱਗ ਗਏ ਨੇ ਕਿ ਇਹ ਖੂਹ ਨਜ਼ਰ ਨਹੀਂ ਆ ਰਿਹਾ। ਬੇਸਿਕਲੀ ਇਹ ਖੂਹ ਦਾ ਜਿਹੜਾ ਨਾ, ਇਹ ਦੇਖੋ ਇਹ ਕਿਨਾਰਾ ਹੈਗਾ, ਤੇ ਇਹ ਆ ਗਿਆ ਵਿੱਚ ਛੱਪੜ, ਤਲਾਬ ਹੈ ਪੁਰਾਣਾ, ਤੇ ਇਹ ਆ ਗਈ ਹਵੇਲੀ। ਮਾਤਾ ਜੀ ਸੁਰਜੀਤ ਕੌਰ ਸਾਹਿਬਾ, ਤੁਹਾਡੀ ਹਵੇਲੀ ਜਿਹੜੀ ਇਹਨੇ ਤੁਹਾਨੂੰ ਵਹਾ ਰਹੇ ਆ, ਠੀਕ ਹੈ। ਇਹ ਦੇਖੋ, ਇਹ ਦੋ ਪਿੰਡ ਨੇ, ਇਹ ਨਿੱਦੋ ਕੀ, ਇਹ ਨਿੱਦੋ ਕੀ, ਅਤੇ ਇਹ ਜਨਾਬ ਇਹ ਹਵੇਲੀ ਦੇ ਨਾਲ ਹੀ ਮਹਿਮਦ, ਨਿੱਦੋ ਕੀ ਮਹਿਮਦ, ਦੋ ਪਿੰਡ ਕਹਿਲਾਏ ਜਾਂਦੇ ਨੇ। ਅਤੇ ਇਹ ਆ ਗਈ ਪਿੱਛੇ ਵਿੱਚ ਹਵੇਲੀ, ਤੁਹਾਨੂੰ ਇਹਦੇ 'ਚ ਵਹਾਲਨੇ ਆ। ਪਹਿਲਾਂ ਬਾਹਰੋਂ ਤੁਹਾਨੂੰ ਦਿਖਾ ਲਈਏ ਇਹਦਾ ਸਾਰਾ ਵਿਊ, ਠੀਕ ਹੈ ਨਾ। ਬਹੁਤ ਹੀ ਅੱਛੀ ਬਣੀ ਹੈ। ਇਹ ਦੇਖੋ, ਸੂਬੇਦਾਰਾਂ ਦੀ ਜਿਹੜੀ ਨਾ ਬੈਠਕ, ਅਤੇ ਇਹ ਕੁਛ ਲਿਖਿਆ ਅੱਜ ਵੀ ਆ, ਪਤਾ ਨਹੀਂ ਕੀ ਲਿਖਿਆ। ਇਹ ਆ ਗਈ ਮਾਤਾ ਜੀ, ਦੇਖ ਲਓ ਆਪਣੀ ਹਵੇਲੀ ਬੈਠਕ, ਠੀਕ ਹੈ ਨਾ। ਇਹ ਤੇ ਇਹ ਸਾਰਾ ਏਰੀਆ ਹੁੰਦਾ ਸੀ ਇਹਨਾਂ ਦੀ ਹਵੇਲੀ ਦਾ। ਇਹਨਾਂ ਕਿਹਾ ਜੀ ਸਾਡੀ ਹਵੇਲੀ ਦੇ ਵਿੱਚ ਇੱਕ ਖੂਹੀ ਲੱਗੀ ਹੁੰਦੀ ਸੀ, ਅਤੇ ਇਹ ਆ ਗਈ ਖੂਹੀ, ਇੱਥੇ ਖੂਹੀ ਹੁੰਦੀ ਸੀ, ਇੱਥੇ ਖੂਹੀ ਹੁੰਦੀ ਸੀ ਜਿਹੜੀ ਕਿ ਸਾਨੂੰ ਦੱਸਿਆ ਬਜ਼ੁਰਗਾਂ ਨੇ, ਇੱਥੇ ਖੂਹੀ ਸੀ। ਅਤੇ ਇਹ ਵਿੱਚ ਬੇਰੀ ਦਾ ਬੂਟਾ ਸੀ, ਅਤੇ ਇਹ ਜਨਾਬ ਚਾਰ ਛੇ ਜਿਹੜਾ ਨਾ ਇਹ ਉਹਨਾਂ ਦਾ ਹੁੰਦਾ ਸੀ ਹੱਥ ਆ। ਇਹ ਆ ਗਈ ਤੁਹਾਡੀ ਹਵੇਲੀ। ਤੇ ਚਲੋ ਵੀਡੀਓ ਸ਼ੁਰੂ ਕਰਨੇ ਆ। ਪਿੰਡ ਨਿੱਦੋ ਕੀ ਤਹਿਸੀਲ ਦੇ ਜ਼ਿਲ੍ਹਾ ਨਾਰੋਵਾਲ, ਤੇ ਮਾਤਾ ਜੀ ਸੁਰਜੀਤ ਕੌਰ ਸਾਹਿਬਾਂ ਦੀ ਖੁਆਇਸ਼ ਤੇ ਉਹਨਾਂ ਨੂੰ ਉਹਨਾਂ ਦੀ ਹਵੇਲੀ ਬਣਾ ਲਿਆ, ਘਰ ਬਣਾ ਲਿਆ। ਅਸਲਾਮ ਵਾਲੇਕੁਮ ਦੋਸਤ, ਮੈਂ ਉਹਨਾਂ ਸੇ ਬੇ ਇੱਕ ਨਵੀਂ ਵੀਡੀਓ ਨਵੀਂ ਕਹਾਣੀ ਦੇ ਨਾਲ ਤੁਹਾਡੀ ਖਿਦਮਤ। ਮਾਤਾ ਜੀ ਸੁਰਜੀਤ ਕੌਰ ਸਾਹਿਬਾਂ, ਜਿਨ੍ਹਾਂ ਦਾ ਤਾਲਾ ਸੀ ਪਿੰਡ ਨਿੱਦੋ ਕੀ ਤਹਿਸੀਲ ਦੇ ਜ਼ਿਲ੍ਹਾ ਨਾਰੋਵਾਲ, ਉਹਨਾਂ ਨੇ ਇੱਕ ਵੀਡੀਓ ਦਿੱਤੀ, ਵੀਡੀਓ ਬਣਾਈ ਮਿੱਟੀ ਦੀ ਮਹਿਕ ਚੈਨਲ ਨੂੰ। ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣਾ ਪਿੰਡ ਦੇਖਣਾ। ਸਾਡੇ ਉੱਥੇ ਖੂਹ ਹੁੰਦੇ ਸਨ, ਸਾਡੀ ਹਵੇਲੀ ਹੁੰਦੀ ਸੀ, ਉੱਥੇ ਖੂਹ ਲੱਗਾ ਸੀ, ਹਵੇਲੀ ਦੇ ਵਿੱਚ ਵੀ ਖੂਹ, ਖੂਹ ਵੇਖ ਲਓ, ਉੱਥੇ ਦਰਖਤ ਉਹ ਖੂਹ ਸੀ। ਤੇ ਅਸੀਂ ਫਿਰ ਅੱਜ ਜਨਾਬ ਉਹਨਾਂ ਦੀ ਖੁਆਇਸ਼ ਪੂਰੀ ਕਰਨ ਵਾਸਤੇ ਉਹਨਾਂ ਦੇ ਪਿੰਡ ਆਏ, ਤਾਂ ਕਿ ਜਿਹੜੇ ਬਜ਼ੁਰਗ ਨੇ 1947 ਵੇਲੇ ਪਾਕਿਸਤਾਨ ਛੱਡ ਕੇ, ਉਹ ਇੱਥੇ ਤਾਂ ਨਹੀਂ ਆ ਸਕਦੇ, ਲੇਕਿਨ ਅਸੀਂ ਤਾਂ ਹੈ ਉਹਨਾਂ ਨੂੰ ਵਹਾਲਣ ਵਾਸਤੇ। ਤੇ ਇਹ ਹੁਣ ਮੈਂ ਉਸ ਕੋਰਟ ਲਿਆ ਬੈਠਾ ਵਾਂ ਜਿੱਥੇ ਉਹਨਾਂ ਦਾ ਖੂਹ ਸੀ, ਮੇਰੇ ਬਿਲਕੁਲ ਬੈਕ ਸਾਈਡ ਦੇ ਉੱਤੇ।
ਔਰ ਬਿਲਕੁਲ ਸੱਜੇ ਪਾਸੇ ਪੁਰਾਣਾ ਥਾਣਾ ਹੈਗਾ, ਥਾਣੇ ਦੀ ਬਿਲਡਿੰਗ ਹੈਗੀ ਹੈ। ਤੇ ਇਹਨਾਂ ਦੀ ਹਵੇਲੀ ਵੀ ਜਿਹੜੀ ਕਿ ਸੂਬੇਦਾਰ ਦਾ ਖਾਨਦਾਨ ਸੀ, ਇਹ ਸਾਰੇ ਜਿਹੜੇ ਇਹਨਾਂ ਦਾ ਪਰਿਵਾਰ ਸੀ ਉਹਦੇ ਬਾਰੇ 'ਚ ਮਾਲੂਮਾਤ ਵੀ ਲੈਣੇ ਆ ਤੇ ਨਾਲ ਤੁਹਾਨੂੰ ਹਾਲ ਲੈਣੀ ਆ। ਇਹ ਤੁਸੀਂ ਦੇਖੋ, ਇਹ ਖੂਹ ਮੈਂ ਤੁਹਾਨੂੰ ਦਿਖਾਉਣ ਲਗਾਵਾਂ ਕੈਮਰੇ ਦੀ ਅੱਖ ਨਾਲ। ਇਹ ਦੇਖੋ, ਇਹ ਹੁਣ ਦਰਖਤ ਇੰਨੀ ਪੁੱਟੀ ਗਏ ਨੇ ਕਿ ਇਹ ਖੂਹ ਨਜ਼ਰ ਨਹੀਂ ਆ ਰਹੇ। ਬੇਸਿਕਲੀ ਇਹ ਖੂਹ ਦਾ ਜਿਹੜਾ ਨਾ ਜਨਾਬ ਹੁਣ ਇੱਥੇ ਬੱਕਰੀਆਂ ਵਜੀਆਂ ਨੇ, ਠੀਕ ਹੈ ਨਾ। ਤੇ ਇੱਥੇ ਜਨਾਬ ਇਹ ਦੇਖੋ, ਹੁਣ ਲੱਭਦੇ ਕੁਛ ਨੀ ਪਿਆ, ਸਿਰਫ ਚਾਰ ਸਿਰ ਜਿਹੜੇ ਨਾ ਉਹ ਬੋਰਡ ਦਾ ਦਰਖਤ ਗਿਆ, ਠੀਕ ਹੈ। ਚਲੋ ਚੱਲਦੇ ਆ ਤੇ ਇਹਨਾਂ ਦੀ ਭੇਜ ਦੇਖਦੇ। ਇਹ ਜੀ ਥਾਣਾ ਹੈ, ਇਹ ਵੀ ਪੁਰਾਣਾ ਹੈਗਾ ਥਾਣਾ, ਇਹ ਪੁਰਾਣੀ ਇਮਾਰਤ ਤੇ ਇਹਦੇ ਨਾਲ ਥਾਣਾ ਭਵਾਹ ਬਣਿਆ ਸਕੂਲ ਹੈ, ਅੱਛਾ ਮਸਜਿਦ ਹੈ। ਤੇ ਇਹ ਥਾਣੇ ਦੀ ਪੁਰਾਣੀ ਇਮਾਰਤ, ਇੱਥੇ ਖੂਹ ਹੈਗਾ, ਇਹ ਲਿਖਿਆ ਜੀ ਗਵਰਨਮੈਂਟ ਹਾਈ ਉਹ ਸਕੂਲ ਸਕੂਲ ਵੀ ਆਇਆ ਸੀ। ਹਾਂਜੀ, ਇਹ ਆ ਗਿਆ ਵਿੱਚ ਛੱਪੜ ਤਲਾਬ ਵੀ ਪੁਰਾਣਾ, ਤੇ ਇਹ ਆ ਗਈ ਹਵੇਲੀ ਮਾਤਾ ਜੀ ਸੁਰਜੀਤ ਕੌਰ ਸਾਹਿਬਾ, ਇਹੋ ਜੀ ਹਵੇਲੀ ਹਵੇਲੀ ਜਿਹੜੀ ਇਹਨਾਂ ਤੁਹਾਨੂੰ ਦਿਖਾ ਰਹੇ ਆ, ਠੀਕ ਹੈ। ਇਹ ਦੇਖੋ, ਇਹ ਦੋ ਪਿੰਡ ਨੇ, ਇਹ ਨਿੱਦੋ ਕੇ, ਇਹ ਨਿੱਦੋ ਕੇ ਤੇ ਇਹ ਜਨਾਬ ਹਵੇਲੀ ਦੇ ਨਾਲ ਹੀ ਮਹਿਮਤ, ਨਿੱਦੋ ਕੀ ਮਹਿਮਤ ਦੋ ਪਿੰਡ ਕਹਿਲਾਏ ਜਾਂਦੇ ਨੇ। ਇਹ ਆ ਗਈ ਪਿੱਛੇ ਵਿੱਚ ਹਵੇਲੀ, ਤੁਹਾਨੂੰ ਇਹਦੇ ਚ ਬਹਾਲਨੇ ਆ, ਪਹਿਲਾਂ ਬਾਹਰ ਤੁਹਾਨੂੰ ਦਿਖਾ ਲਈ ਇਹਦਾ ਸਾਰਾ ਵਿਊ, ਠੀਕ ਹੈ ਨਾ। ਬਹੁਤ ਹੀ ਅੱਛੀ ਬਣੀ ਹੈ। ਇਹ ਦੇਖੋ, ਸੂਬੇਦਾਰਾਂ ਦੀ ਜਿਹੜੀ ਇਹੋ ਹੀ ਹਵੇਲੀ, ਇਹ ਕੁਛ ਲਿਖਿਆ ਤੁਸੀਂ ਆ, ਪਤਾ ਨੀ ਕੀ ਲਿਖਿਆ, ਪੜ੍ਹ ਨੀ ਸਕਦਾ ਗੁਰਮੁਖੀ ਲਿਖੀ ਹੈ। ਇਹ ਉਸ ਦੌਰ ਤੇ ਬਹੁਤ ਹੀ ਖੂਬਸੂਰਤ ਨਕਸ਼ਨਕਾਰੀ ਹੋਈ। ਸਾਹਮਣੇ ਡੰਗਰ ਹੁੰਦੇ ਸਨ, ਪੰਛੀਆਂ ਦੇ ਮੱਝਾਂ ਹੁੰਦੀਆਂ ਸਨ, ਸਾਡੇ ਢੱਗੇ ਹੁੰਦੇ ਸਨ, ਸਾਡੀ ਘੋੜੀ ਹੁੰਦੀ ਸੀ, ਤੇ 47 ਵੇਲੇ ਅਸੀਂ ਸਭ ਕੁਛ ਛੱਡ ਛਡਾ ਕੇ ਨਾ ਇੰਡੀਆ ਚਲੇ ਗਏ। ਤੇ ਉਹਨਾਂ ਨੇ ਜਨਾਬ ਯਾਦਾਂ ਸ਼ੇਅਰ ਕੀਤੀਆਂ, ਉਹਨਾਂ ਨੇ ਖੁਆਇਸ਼ ਕੀਤੀ ਕਿ ਅਸੀਂ ਆਪਣੀ ਹਵੇਲੀ ਵੇਖੀਏ, ਤੇ ਅੱਜ ਉਹਨਾਂ ਹਵੇਲੀ ਵਾਈ ਜਾ ਰਹੀ ਹੈ ਜਿਹੜੀ ਕਿ ਵਾਕਿਆ ਹੈ ਪਿੰਡ ਨਦੋਗੇ ਤਹਿਸੀਲ ਜ਼ਿਲ੍ਹਾ ਨਾਰੋਵਾਲ। ਇਹਦੇ ਚਾਰ ਸਿਰ ਤਲੰਡੀ ਭੇਡਰਾਂ ਢੋਡਾ ਤੇ ਇਸ ਤਰ੍ਹਾਂ ਦੇ ਵੱਡੇ ਵੱਡੇ ਜਿਹੜੇ ਪਿੰਡ ਮੌਜੂਦ ਨੇ, ਤੇ ਇਹ ਜਨਾਬ ਯਾਦਾਂ ਨੇ ਅੱਜ ਉਹਨਾਂ ਬਜ਼ੁਰਗਾਂ ਦੀਆਂ ਸ਼ੇਅਰ ਕਰਨੇ ਪਏ। ਇਹ ਬਲਾਦਰੀ ਜਿਹੜੀ ਹੈ ਨਾ, ਇਹਦੇ ਵਿੱਚੋਂ ਇਹਨਾਂ ਦਾ ਚਾਚਾ ਤਾਏ ਲੱਗ ਰਿਹਾ, ਜਿਹੜੀ ਮਾਤਾ ਜੀ ਸੁਰਜੀਤ ਕੌਰ ਸਾਹਿਬਾ ਨੇ। ਹਾਂਜੀ, ਇਹ ਸੂਬੇਦਾਰ ਇਹਨਾਂ ਦਾ ਕੀ ਲੱਗਦਾ ਸੀ? ਸੂਬੇਦਾਰ ਇਹਨਾਂ ਦਾ ਚਾਚਾ ਲੱਗਾ। ਅੱਛਾ, ਕਿਉਂਕਿ ਵੱਡੇ ਅੰਬਰ ਸਿੰਘ ਦੀ ਕਿਹੜੇ ਦਿਨ ਇਹਨੇ ਲਿਆ ਕਿ ਮੈਂ ਧੀ ਹਾਂ, ਮੈਂ ਧੀ ਹਾਂ, ਠੀਕ ਹੈ। ਇਹ ਸੂਬੇਦਾਰ ਦੇ ਭਤੀਜੇ ਲੱਗਦੇ। ਤੇ ਇਹ ਖਾਨਦਾਨ ਕਿਹੜਾ ਹੈਗਾ ਸੀ ਜਿਹੜਾ ਇਹਨਾਂ ਦਾ ਤੁਸੀਂ ਦੱਸਣ ਦੇ ਜਾਤ ਹੈ ਜਿਹੜੀ ਹੈਗੀ? ਪੂਰੇਵਾਲ। ਹਾਂਜੀ, ਤੇ ਤੁਸੀਂ? ਅਸੀਂ ਵੀ ਪੂਰੇਵਾਲ। ਫਿਰ ਤੁਸੀਂ ਇਹਨਾਂ ਚ ਹੋਇਆ ਦੂਰੋਂ ਪੁਰਾਣੇ ਜਿਹੜੇ ਨੇ? ਪੁਰਾਣੇ ਆਹੋ ਪੁਰਾਣੇ ਮਤਲਬ। ਤੇ ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ? ਉਹਨਾਂ ਦੇ ਨਾਂ ਨਾਗਰ ਸੈਨ। ਨਾਗਰ ਸੈਨ, ਨਾਜ਼ਰ ਸੈਨ। ਹਾਂਜੀ, ਮਾਤਾ ਦੀ ਹਰਜੀਤ ਕੌਰ। ਵਾਹ ਜੀ ਵਾਹ। ਤੇ ਇਸ ਲਿਹਾਜ਼ ਅੱਜ ਹੀ ਮੌਜੂਦ ਹੈ? ਇਹ ਅੱਜ ਮੌਜੂਦ। ਕਿਹਦੇ ਕੋਲ ਅੱਜ ਕੱਲ? ਇਹ ਅੱਜ ਕੱਲ ਜੀ ਇੱਥੇ ਇੱਕ ਰਿਆਸਤ ਦੇ ਵਿੱਚੋਂ ਭਾਈ ਸਨ, ਉਧਰ ਆਏ ਸਨ। ਆਹੋ, ਗਨੀ ਅਬਦੁਲ ਗਨੀ ਦੇ ਨਾਂ ਸੀ। ਯਾਨੀ ਪਹਿਲਾਂ ਇਹ ਪਟਵਾਰ ਥਾ ਨਾ ਸੀ, ਠੀਕ ਬਣ ਗਿਆ ਜਦੋਂ ਪੁੱਜੇ ਸਿੱਖ। ਆਹੋ, ਉਸ ਤੋਂ ਬਾਅਦ ਬੜੀ ਜਗ੍ਹਾ ਪਟਵਾਰ ਖਾਨਾ ਰਿਹਾ। ਠੀਕ ਹੈ, ਠੀਕ ਹੈ। ਪਟਵਾਰ ਖਾਨੇ ਤੋਂ ਬਾਅਦ ਫਿਰ ਇਹ ਬੇਲੀ ਦਾ। ਠੀਕ ਹੈ, ਠੀਕ। ਮਤਲਬ ਉਹਨੂੰ ਜਾਂ ਉਹਨੇ ਉਸਾ ਲੈ ਲਿਆ, ਜਾਂ ਲਾਡ ਜਦੋਂ ਲਾ ਲਓ ਹਵੇਲੀ ਵੇਖ ਲਈ ਫਿਰ ਆਪਣੀ ਢੱਗੇ ਵੇਖਾਂ ਇੱਕ ਬੰਨੇ ਬੰਦੇ ਅੰਮ੍ਰਿਤ ਵੇਖ ਲਈ ਵੇਲੀ। ਹਾਂ, ਇੱਧਰ ਦੱਸੋ। ਵਾਹ ਜੀ, ਬੜੀ ਖੁਸ਼ ਹੋਈ ਮਾਤਾ ਅੱਜ ਹਵੇਲੀ ਵੇਖ ਕੇ ਆਪਣੀ।
ਇਸ ਲਈ ਮੀਡੀਆ ਟੌਪ 'ਤੇ ਵੀਡੀਓ ਬਣ ਕੇ ਆਈ ਜੀ ਹਵੇਲੀ, ਅਤੇ ਬੜੇ ਖੁਸ਼ ਨੇ ਅੱਜ ਵੇਖ ਕੇ। ਕਿੱਡੀ ਕੁ ਵੱਡੀ ਹਵੇਲੀ ਸੀ? ਹਵੇਲੀ ਕਿੱਡੀ ਕੁ ਵੱਡੀ ਸੀ? ਬੜੀ ਵੱਡੀ ਹਵੇਲੀ। ਅੱਛਾ, ਬੜੀ ਵੱਡੀ। ਬਚਪਨ ਯਾਦ ਆ ਗਿਆ ਅੱਜ? ਨਿੱਕੇ ਨਿੱਕੇ ਖੇਡਦੇ ਹੁੰਦੇ ਸਨ ਉੱਥੇ। ਉਹ ਜਿਹੜਾ ਬੁੱਢਾ ਨਾ, ਉਹ ਦੱਸੇਗਾ। ਹਾਂ, ਉਹ ਕੱਲ੍ਹ ਨੂੰ ਦੱਸੇਗਾ ਗੱਲਾਂ। ਕੱਲ੍ਹ ਦੱਸੇਗਾ, ਅਗਲੀ ਵੀਡੀਓ 'ਚ ਆਏਗਾ ਸਾਰੀ ਗੱਲ, ਦੱਸੇਗਾ ਕਿਵੇਂ ਤੁਸੀਂ ਨਿਕਲੇ ਹੋ। ਅਗਲੇ ਪੁੱਛ ਨੂੰ ਕੀ ਪਤਾ। ਹਾਂ, ਨਿਆਣੇ ਨੇ ਤੇ ਇਹਨਾਂ ਨੂੰ ਕੀ ਪਤਾ। ਬਿਲਕੁਲ ਸਹੀ ਗੱਲ।